ਬੜਾ ਹੈਗਾ ਜਾਰਾ ਵਾਲੇ ਦਾ ਸਟੋਰ। ਵੀ ਦੱਸਿਓ ਜੀ ਕਿੱਦਾਂ ਦਾ ਲੱਗਦਾ, ਜੇ ਤੁਸੀਂ ਕਹਿ ਤਾਂ ਠੀਕ ਲੱਗਦਾ ਫਿਰ ਆਪਾਂ ਲੈ ਲਾਂਗੇ। ਅੱਜ ਲੈ ਤਾਂ ਮੰਨਦਾ ਕਿ ਨਾ ਮੰਨਦਾ ਕਿਸੇ ਨੂੰ, ਅੱਜ ਨਹੀਂ ਮੰਨਦੇ ਇਹਨਾਂ ਨੇ। ਆਪਣੇ ਹੱਥ ਖਾਲੀ ਆ, ਇੱਕ ਹੱਥ ਜੁੱਤੇ ਤੇ ਹੱਥ ਪੈਂਟਾਂ। ਹਾਂ ਬਈ ਚਲੀਏ ਕਰਾਈਏ। हाँ जी सत श्री अकाल जी, की हाल चाल है, स्वागत है ताडा साडी यूट्यूब चैनल ते। ते आज आपा जा रहे हैं जी, किधर जा रहे हैं? जा रहे हैं आज ज़ारा वालों दे अमोनिया, ज़ारा अमोनिया। ते आपा पहला एक व्लॉग शूट कर चुके हैं ज़ारा दे, क्योंकि मैं कपड़े ले आया सी। अज दीपू लाऊगा कपड़े ते उधर डैडी हुनी लैणगे कपड़े, ते मैं कपड़े ले आया, वो भी व्लॉग आपा इहदे विच ऐड करांगे। तो बाकी तुहानू दिखाने हुण आपां पहलां सब तो पहलां अगे जाके टैक्सी लैने, फिर हौली हौली तुहानू सारा कुछ दिखावांगे। अज आपां नवें स्टैंड ते शूट कर रहे हां, जिहड़ा व्लॉगिंग स्टैंड लिया उहदा दिखाया ही तुहानू, ते वधिया लगदा ग्रिप जिहा करके ना, इहनू सही लगदा। ते बाकी चैनल नू लाइक शेयर सबसक्राइब जरूर कर दिया करो, ताकि नोटिफिकेशन तुहानू मिल जाया करे जो भी असी वीडियो बनाने। चलो जी बाकी मिलते हैं आप उत्थे जाके। दीपू पतला हो गया तू उदा है ना, पिछले ब्लॉग जो मोटा है हूँ तू पतला हो गया, एक इंच फर्क पै गया। डाइटिंग दा कमाल है, करती शुरू सलाद खांदा सवेरे शाम। भी डाइटिंग प्लान लेना हो दस सकता है हाँ साना कंटैक्ट कर सकता जे किसी ने डाइटिंग प्लान ना, पर चैनल नूं लाइक शेयर सबसक्राइब करके फिर अहीं देना डाइटिंग प्लान, उदा नहीं देना अहीं डाइटिंग प्लान। लो जी फाइनली आपां पहुंच गए हां ज़ारा वाले दे स्टोर। ਹੈਗਾ ਜ਼ਾਰਾ ਵਾਲਿਆਂ ਦਾ ਸਟੋਰ। ਯੋ ਯੋ ਹਨੀ ਸਿੰਘ ਕਿੱਦਾਂ, ਠੀਕ ਆ? ਕਾਲਾ ਹੈ ਮੈਂ ਗ੍ਰੀਕੀ ਬੋਲਦਾ ਅੱਜ ਕੱਲ੍ਹ, रंग दी हैगी आ सत्त दीपू ने तो मैच कर लिया वर्दी ब्लैक ते लाइट ग्रीन। वही कर लो ट्राई, एक नहीं ले लो अज जिन्नियां लैनियां मौका ही हुंदा। ਮੱਖਣ ਜੀਨ, ਮੱਖਣ ਜੀਨ ਕਹਿੰਦੇ ਸੀ, ਕਹਿੰਦਾ ਇਹਨੂੰ ਮੱਖਣ ਜੀਨ ਲੈਣੀ ਹੈ। ਇਹ ਨਹੀਂ ਆਈ ਪਸੰਦ, ਉਹ ਕਲਰ ਹੋ ਰਿਹਾ ਮਾਈ ਪਾਕਿਟ ਹੈ, ਉਹ ਕਲਰ ਹੋ ਰਿਹਾ ਨਾ,
ਪਤਾ ਨਹੀਂ ਲਾਈਟ ਦੇ ਥੱਲੇ ਲੱਗਾ ਆ ਪਤਾ ਨਹੀਂ ਕੀ ਸਾਬ ਕਿਤਾਬ ਰੰਗ ਤੋਂ ਥੋੜਾ ਜਿਹਾ ਲਾਈਟ ਆ ਉਹ ਵਾਲਾ ਇਹ ਥੋੜਾ ਬੀੜਾ ਕਿੰਨੀ ਸੋਹਣੀ ਲੱਗਦਾ ਹੈ ਨਾ ਦੇਖੋ ਕਿੰਨੇ ਸੋਹਣੇ ਆ ਹਾਂ ਮੈਂ ਪੀਸ ਲੈ ਕੇ ਗਿਆ ਸੀ ਜਦੋਂ ਮੈਂ ਇੰਡੀਆ ਗਿਆ ਸੀ ਪਿਛਲੇ ਸਾਲ ਆਹ ਨਵਾਂ ਆਇਆ ਲੱਗਦਾ ਇਹਨਾਂ ਦੇ ਆਹ ਵੀ ਆਪਣੇ ਤੋਂ ਹੈਗੇ ਡੀਪੂ ਗਿਆ ਹੋਇਆ ਅੰਦਰ ਚੇਂਜਿੰਗ ਕਰਨ ਪਰਸਨੈਲਿਟੀ ਆ ਮਲਾ ਦੇ ਪੂਰੀ ਮੁੰਡੇ ਦੀ ਹੈ ਟੌਰ ਕਰ ਛੜੀ ਹੈ ਵਿਆਹ ਦੇ ਜਾਣਾ ਅੱਜ ਲੈ ਤਾਂ ਮੰਨਦਾ ਕਿ ਨਾ ਮੰਨਦਾ ਕਿ ਹੈ ਨਾ ਅੱਜ ਨਹੀਂ ਮੰਨਦੇ ਕਹਿੰਦਾ ਲਵਾ ਤੇ ਭਜਾ ਤੇ ਨਹੀਂ ਕਹਿੰਦਾ ਮੇਰੇ ਹਿਸਾਬ ਨਾਲ ਖੁੱਲ ਜਾਂਦੀ ਹੋਣੀ ਓਦਾਂ ਸੀਨ ਲੱਗੀ ਹੋਣੀ ਜਿੱਦਾਂ ਬਾਹਰੋਂ ਆਇਆ ਹੁੰਦਾ ਭਾਵੇਂ ਦੱਸਿਓ ਜੀ ਕਿੱਦਾਂ ਦਾ ਲੱਗਦਾ ਜੇ ਤੁਸੀਂ ਕਹਿ ਤਾਂ ਠੀਕ ਲੱਗਦਾ ਫਿਰ ਆਪਾਂ ਲੈ ਲਾਂਗੇ ਅਗਲੇ ਵਲੌਗ 'ਚ ਨਹੀਂ ਠੀਕ ਲੱਗਦਾ ਫਿਰ ਦੱਸ ਦਿਓ ਉਹਦੇ 'ਚ ਤਿੰਨ ਕਲਰ ਆ ਇੱਕ ਗ੍ਰੇ ਆ ਉਹ ਵੀ ਤੁਹਾਨੂੰ ਪਾ ਕੇ ਦਿਖਾਉਣਾ ਅਤੇ ਇੱਕ ਆ ਬਲੈਕ ਆ ਅਤੇ ਵਧੀਆ ਲੱਗਦਾ ਇਹ ਵਧੀਆ ਲੱਗਦਾ ਸੋ ਕਿੱਦਾਂ ਲੱਗਦਾ ਬਲੈਕ ਵਧੀਆ ਲੱਗਦਾ ਜਾਂ ਗ੍ਰੇ ਵਧੀਆ ਲੱਗਦਾ ਜਾਂ ਕੋਈ ਲੈ ਇੱਥੇ ਲੱਗਾ ਸਮਾਨ ਰੈਡੀ ਹੈ ਇੱਕ ਸ਼ੂ ਹੋ ਗਿਆ ਅਤੇ ਇੱਕ ਟੋਪ ਪੈਂਟ ਹੋ ਗਈ ਆ ਇੱਕ ਪਜਾਮਾ ਬਲੈਕ ਕਲਰ ਦਾ ਅਤੇ ਇੱਕ ਗ੍ਰੇ ਦਾ ਅਤੇ ਇੱਕ ਜੀਨ ਪੈਂਟ ਬਾਕੀ ਦੇਖਦੇ ਹਾਂ ਹੋਰ ਕੀ ਲੈਂਦੇ ਆ ਮੈਂ ਤਾਂ ਸ਼ਾਇਦ ਅੱਜ ਕੁਛ ਨਾ ਹੀ ਲਵਾਂ ਕਿਉਂਕਿ ਮੈਂ ਖਰੀਦ ਲਿਆ ਸੀ ਦੋ ਤਿੰਨ ਦਿਨ ਪਹਿਲਾਂ ਉਹ ਪਾਵਾਂਗੇ ਇਸੇ ਵਲੌਗ 'ਚ ਜਿੱਦਣ ਆਪਾਂ ਸ਼ੋਪਿੰਗ ਕਰਕੇ ਗਏ ਸੀਗੇ ਇੱਥੇ ਕਰਕੇ ਗਏ ਸੀਗੇ ਰਿਹਾ ਬੰਦਿਆਂ ਨੇ ਆਪਣੇ ਹੱਥ ਖਾਲੀ ਆ ਇੱਕ ਹੱਥ ਜੁੱਤੇ ਥੱਲੇ ਹੱਥ ਪੈਂਟਾਂ ਹਾਂ ਬਈ ਚਲੀਏ ਕਰਾਈਏ ਕਹਿੰਦੇ ਜਾਂ ਇੱਦਾਂ ਭੱਜੀਏ ਬੰਦੇ ਨਾਲ ਉਹਨਾਂ ਨੇ ਬੂਹਾ ਜਿਹਾ ਡੇਢ ਦੋ ਸੌ ਦੀ ਸ਼ੋਪਿੰਗ ਕਰ ਚੱਲੇ ਹਾਂ ਲੋ ਵੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਸ਼ੋਪਿੰਗ ਆਪਾਂ ਕਰ ਲਈ ਆ ਅਤੇ ਦੀਪੂ ਨੇ ਵੀ ਕਰ ਲਈ ਸ਼ੋਪਿੰਗ ਦੀਪੂ ਦੇ ਤਾਂ ਅੱਜ ਨਜਾਇਜ਼ ਹੀ ਲੱਗ ਗਏ ਆ ਅਤੇ ਉਹ ਤਾਂ ਡੈਡੀ ਹੋਣੀ ਵੀ
ਕਰ ਲਈ ਆ ਸ਼ਾਪਿੰਗ ਉਹ ਦੋ ਬੈਗ ਚੱਕੀ ਆਉਂਦੇ ਪਿੱਛੇ ਸ਼ੂ ਲੈ ਪੈਂਟਾਂ ਪੁੰਟਾਂ ਜਿੱਦਾਂ ਕਿ ਤੁਹਾਨੂੰ ਦਿਖਾਈਆਂ ਸੀ ਸਾਰਾ ਸਮਾਨ ਲੈ ਲਿਆ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਹੋਪ ਸੋ ਸਾਰੇ ਠੀਕ ਹੋਵੋਗੇ ਅੱਜ ਆਪਾਂ ਪਹੁੰਚੇ ਹੋਏ ਹਾਂ ਜ਼ਾਰਾ ਵਾਲਿਆਂ ਦੇ ਅਤੇ ਆਪਾਂ ਜ਼ਾਰਾ ਦੇ ਅੱਜ ਕੱਪੜੇ ਲੈਣੇ ਆ ਜੀਨਸ ਅਤੇ ਟਰਾਈ ਕਰਦੇ ਹਾਂ ਦੇਖਦੇ ਹਾਂ ਆਪਾਂ ਦੋ ਸਿਲੈਕਟ ਕੀਤੀਆਂ ਕਾ ਕਲਰ ਅਤੇ ਇੱਕ ਆਹ ਵਾਲਾ ਆਹ ਡਰੈਸ ਆਪਾਂ ਨੂੰ ਪਸੰਦ ਆਈ ਆ ਬਾਕੀ ਤੁਸੀਂ ਆਪਣੇ ਰਿਵਿਊ ਦਿਓ ਕਿੱਦਾਂ ਦੀ ਲੱਗੀ ਤੁਹਾਨੂੰ ਆਹ ਆਪਣੇ ਲੋਟ ਹੈ ਬਾਈ ਕਿੱਦਾਂ ਲੱਗਦੀ ਆ ਸਹੀ ਹੈ ਪੈਂਟ ਵੀ ਸਹੀ ਹੈ ਨਾ ਇੱਕ ਇਹ ਪੈਂਟ ਕੀਤੀ ਅਤੇ ਇੱਕ ਆਪਾਂ ਆਪਣੇ ਟਰਾਈ ਰੂਮ ਇੱਥੇ ਇੱਕ ਆਪਾਂ ਪੈਂਟ ਹੋਰ ਕੀਤੀ ਆ ਬਾਕੀ ਦੱਸਿਓ ਕਿੱਦਾਂ ਦੀ ਲੱਗੀ ਇਹ ਆਪਣੇ ਵੱਲੋਂ ਗਰਦਾਨੀ ਆ ਆਹ ਲੁੱਕ ਦੇਖੋ ਕਿੱਦਾਂ ਲੱਗਦੀ ਆ ਬਲੈਕ ਪੈਂਟ ਅਤੇ ਪਿੰਕ ਲਾਈਟ ਟੀ ਸ਼ਰਟ ਬਾਕੀ ਬਾਹਰ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦਿਖਾਉਂਦੇ ਹਾਂ ਸ਼ੂ ਨਹੀਂ ਮੈਂ ਪਾਏ ਹੈਗੇ ਅਤੇ ਬਾਕੀ ਭਾਅ ਜੀ ਸਹੀ ਵੀ ਲੱਗਦੀ ਉੱਦਾਂ ਦਾ ਨਾ ਮੈਂ ਕਿਹਾ ਸਹੀ ਵੀ ਹੈਗੀ ਉਹ ਤਾਂ ਪਾਏ ਲਈ ਹੈ ਇਹ ਮੀਡੀਅਮ ਹੈ ਜਿਹੜੀ ਇਹ ਸਮਾਲ ਆ ਆਹੋ ਉਹ ਦੂਈ ਮੀਡੀਅਮ ਉਹ ਵੀ ਪਾ ਕੇ ਦੇਖ ਲੈ ਇੱਕ ਵਾਰੀ ਉਹ ਵੀ ਉਹ ਸਮਾਲ ਸਾਈਜ਼ ਸੀ ਹੁਣ ਮੀਡੀਅਮ ਵੀ ਟਰਾਈ ਕਰਦੇ ਹਾਂ ਲੋ ਵੀ ਫਾਈਨਲੀ ਆਪਾਂ ਪਜਾਮਾ ਸਿਲੈਕਟ ਕਰ ਲਿਆ ਅਤੇ ਕਿਉਂਕਿ ਉਹ ਟਾਈਟ ਬੜਾ ਸੀ ਭਾਅ ਜੀ ਕਹਿੰਦੇ ਵੀ ਤੂੰ ਇੰਡੀਆ ਜਾ ਕੇ ਮੋਟਾ ਹੋ ਜੂੰਗਾ ਤਾਂ ਤੇਰੇ ਸੈੱਟ ਨਹੀਂ ਰਹਿਣਾ ਇਸ ਕਰਕੇ ਆਪਾਂ ਸਮਾਲ ਦੀ ਜਗ੍ਹਾ ਹੁਣ ਮੀਡੀਅਮ ਲੈ ਲਿਆ ਅਤੇ ਬਾਕੀ ਆ ਟੀ ਸ਼ਰਟ ਨਾਲ ਲਈ ਆ ਲੋ ਵੀ ਦੇਵੀ ਔਰ ਸੱਜਣੋ ਇਹ ਕਲਰ ਹਮਨੇ ਯੇ ਪਸੰਦ ਕੀਆ ਹੈ ਇਹਨੂੰ ਕਹਿ ਸਕਦੇ ਹਾਂ ਆਪਾਂ ਗ੍ਰੇ ਜਿਹੇ ਕਲਰ 'ਚ ਵਧੀਆ ਲੱਗਦਾ ਪਿਆ ਇਹਨਾਂ ਆਪਾਂ ਇਹ ਲਈ ਤਾਂ ਨਹੀਂ ਗਈ ਵੈਸੇ ਟੀ ਸ਼ਰਟ ਪਰ ਆਪਾਂ ਕੁਛ ਇੱਦਾਂ ਦਾ ਹੀ ਇਹਨਾਂ ਵੇਅਰ ਕਰਾਂਗੇ ਬਾਕੀ ਦੱਸਿਓ ਕਿਵੇਂ ਲੱਗਦਾ ਕਾਲਾ ਪਜਾਮਾ ਇਹ ਵੀ ਘੈਂਟ ਲੱਗਦਾ ਪਿਆ ਅਤੇ ਹੁਣ ਆਪਾਂ ਇਹ ਵੀ ਬਾਇਕ ਘਰ ਹੀ ਲੈਣਾ ਹੁਣ ਸੋਹਣਾ ਲੱਗਦਾ ਪਿਆ ਕੰਫਰਟੇਬਲ ਜਿਹਾ ਲੱਗਦਾ ਪਾ ਕੇ ਕਿਉਂਕਿ ਬੈਠ ਵੀ ਹੁੰਦਾ ਸਹੀ ਤਰੀਕੇ ਨਾਲ ਅਤੇ ਸਟੈਚੇਬਲ ਜਿਹਾ ਇੱਕ ਤਾਂ ਹੈਗਾ ਅਤੇ ਵਧੀਆ ਲੱਗਦਾ ਪਿਆ ਇਸ ਕਰਕੇ ਆਪਾਂ ਇਹ ਲੈ ਲਈਏ ਨਾਲੇ ਬਲੈਕ ਕਲਰ ਆਪਣਾ ਉੱਦਾਂ ਵੀ ਫੇਵਰੇਟ ਆ ਇਸ ਕਰਕੇ ਲੈਣੇ ਪੈਣਾ ਲੋ ਕੱਪੜੇ ਲੈ ਆਪਾਂ ਲੈ ਅਤੇ ਹੁਣ ਆਪਾਂ ਕਰਾਈਏ ਬਿੱਲ ਬਿੱਲ ਇਹਨਾਂ ਦੇ ਹੁੰਦਾ ਥੱਲੇ ਅਤੇ ਆਹ ਫਲੋਰ ਆ ਜਿੰਨੇ ਜਿੰਨੇ ਹੈਗੇ ਆ ਕੋਈ ਬੱਚਿਆਂ ਦਾ ਕੋਈ ਲੇਡੀਜ਼ ਫਲੋਰ ਆ ਅਤੇ ਆਪਾਂ ਹੁਣ ਬਿੱਲ ਕਰਾ ਲਈਏ ਕਰਾਈਏ ਭਾਅ ਜੀ ਬਿੱਲ ਕਰਾਉਣਾ ਹੀ ਪੈਣਾ ਜੀ ਨਹੀਂ ਤਾਂ ਉੱਦਾਂ ਨਹੀਂ ਜਾਣ ਦਿੰਦੇ ਜਾਣ ਦਿੰਦੇ ਨਹੀਂ ਹੈਗੇ ਭਾਅ ਜੀ ਕੀ ਹੈ ਲੱਗ ਜਾਵੇ ਲੱਗ ਜਾਂਦਾ ਬਾਲੀਆਂ ਨੇ ਇਹ ਤੈਨੂੰ ਵੀ ਲੱਗ ਜੂ ਪਤਾ ਜਦੋਂ ਵਿਆਹ ਕਰਾ ਲਿਆ ਵਾਈਟ ਗੋਲਡ ਦੀਆਂ ਆਪਣਾ ਹੁਣ ਆ ਗਿਆ ਬਿਲਿੰਗ ਦਾ ਟਾਈਮ ਲਓ ਵੀ ਮਿੱਤਰੋ ਸ਼ੋਪਿੰਗ ਆਪਾਂ ਕਰ ਲਈ ਆ ਅਤੇ ਆਪਾਂ ਹੁਣ ਕਰੀਏ ਵਲੌਗ ਦੀ ਐਂਡਿੰਗ ਸੋ ਮਿਲਦੇ ਹਾਂ ਆਪਾਂ ਅਗਲੇ ਵਲੌਗ 'ਚ ਅਤੇ ਆਈ ਹੋਪ ਤੁਹਾਨੂੰ ਵਲੌਗ ਵਧੀਆ ਹੀ ਲੱਗਾ ਹੋਣਾ ਅੱਜ ਤੁਹਾਨੂੰ ਦਿਖਾ ਦਿੱਤਾ ਆਪਾਂ ਘੁੰਮਾ ਦਿੱਤਾ ਜ਼ਾਰਾ ਇੰਡੀਆ ਤਾਂ ਜ਼ਾਰਾ ਚੰਡੀਗੜ੍ਹ ਹੀ ਆ ਪੰਜਾਬ 'ਚ ਤਾਂ ਆਪਾਂ ਨੂੰ ਦੇਖਣ ਨੂੰ ਘੱਟ ਹੀ ਮਿਲਦਾ ਮੇਰੇ ਹਿਸਾਬ ਨਾਲ ਬਾਕੀ ਹੁਣ ਪਤਾ ਨਹੀਂ ਬਣ ਗਿਆ ਹੋਵੇ ਭਾਅ ਜੀ ਹੈਗਾ ਕਿ ਨਹੀਂ ਲੁਧਿਆਣੇ ਹੈਗਾ ਜਲੰਧਰ ਨਹੀਂ ਹੈਗਾ ਲੁਧਿਆਣੇ ਵੀ ਹੈ ਨਹੀਂ ਹੈਗਾ ਚਲੋ ਸ਼ਾਇਦ ਬਣ ਗਿਆ ਹੋਵੇ ਲੁਧਿਆਣੇ ਪਰ ਜਲੰਧਰ ਹੈ ਨਹੀਂ ਗਾ ਪਿਛਲੇ ਸਾਲ ਮੈਂ ਗਿਆ ਸੀ ਅਤੇ ਲੁਧਿਆਣੇ ਹੋ ਸਕਦਾ ਬਾਕੀ ਮਿਲਦੇ ਹਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਓਕੇ ਬਾਏ ਬਾਏ।